यह बच्चा जिला गुरदासपुर के कस्बा कलानौर का है, जिसनों कि कुछ दिन पहला बुखार होया से ते बुखार होने दे नाल बच्चे दिया दोवें लत्तां पूरी तरह के नाल खड़ गई। घर के हालात भी कुछ ठीक नहीं हन। बच्चे के पिता मेहनत मजदूरी करते हैं, जिस दे नाल उन्हां दे घर का गुजारा बड़ी मुश्किल दे नाल चलता है। बच्चे की माता भी लोगों के घर के काम काज करती है, जिस दे नाल घर के गुजारे नूं सहारा मिलता। परिवार का कहना है कि बच्चे की दवाई पहला गुरदासपुर के हस्पताल दे विच चलदी सी। हस्पताल वालिया ने उन्हां नूं जवाब दे दिता अते कहा कि PGI दे विच बच्चे का इलाज करवाया जाए। परिवार ने हुण कहा कि उन्हां दे कोल इन्ना खर्चा नहीं है तां जो उह चंडीगढ़ के महंगे हस्पताल दे विच बच्चे नूं दवाई दवा सकन, जिसनूं लैके हुण उन्हां दे वल्लों समाज सेवी अते NGO संस्थावां नूं मदद की गुहार लगाई जा रही है। उन्हां दा कहना है कि दानी वीर अगे हो के उन्हां दी मदद करन तां जो उन्हां दा बच्चा पहलां वांग अपने पैरां ते स्कूल जा सके अते स्कूलों घर वापस आ सके। बड़ी मुश्किल जिथे ने डिग जांदा रहा है। डॉक्टर की है कि डॉक्टर ने MIR की बेटे की, MIR कुछ नहीं आया। MIR दो टेस्ट होर किए हैं, एक 15 दिन बाद रिपोर्ट आनी है, एक महीने बाद, दो महीने बाद। डॉक्टर ने दो टेस्ट किए ही, एक टेस्ट की रिपोर्ट 15 दिन बाद आनी है, एक दो महीने बाद। उन्होंने 25 दिन फिर सू सदया, दो टेस्ट होने, एक टेस्ट होना नाल बूट किया उन्होंने बनने। हाँ जी रिश्तेदार ने भी की है। NRI संस्था बनिया ने मदद की गुहार लाने को बच्चा हटा जरूर होना चाहिए।
ਜਿੰਨੀ ਮਦਦ ਹੁੰਦੀ ਆ ਵੱਧ ਤੋਂ ਵੱਧ ਕਰਨੀ ਸਾਰ ਇਲਾਜ ਬੜਾ ਮਹਿੰਗਾ ਵਾ ਅਤੇ ਉੱਥੇ ਕੀ ਪਤਾ ਕਿੰਨਾ ਕੁ ਪੈਸਾ ਲੱਗ ਸਕਦਾ ਅਤੇ ਬੱਚੇ ਚਲੋ ਮਾਂ ਬਾਪ ਸਾਰੇ ਕਹਿੰਦੇ ਸਾਡਾ ਬੱਚਾ ਤੁਰਦਾ ਫਿਰਦਾ ਹੀ ਲੱਭੇ ਅਤੇ ਇਹ ਬੱਚੇ ਦੀ ਇਹ ਮਜ਼ਬੂਰੀ ਆ ਚਲੋ ਬੱਚੇ ਨੂੰ ਠੀਕ ਹੋਣਾ ਚਾਹੀਦਾ इलाज करवाई चलती रही है ਕਿ ਫਿਰ ਅਸੀਂ ਉੱਥੋਂ ਨਹੀਂ ਫਰਕ ਲੱਗਾ ਤਾਂ ਫਿਰ ਜਲੰਧਰ ਚੱਲ ਗਏ ਜਲੰਧਰ ਦਵਾਈ ਦਵਾਈ ਖਵਾਈ ਹੈ ਉੱਥੋਂ ਵੀ ਨਹੀਂ ਫਰਕ ਲੱਗਾ ਫਿਰ ਅਮਨਦੀਪ ਹੋਸਪਿਟਲ ਵਿਖਾਇਆ ਉਹਨਾਂ ਨੇ ਜਵਾਬ ਦੇ ਦਿੱਤਾ ਜੀ ਚੰਡੀਗੜ੍ਹ ਲੈ ਜਾਓ ਪੀ ਜੀ ਆਈ ਆਹ 4-5 ਦਿਨ ਹੋ ਗਏ ਉੱਥੋਂ ਹੋ ਗਿਆ ਉੱਥੋਂ ਟੈਸਟ ਵਗੈਰਾ ਕਰਾਏ ਇਹਦੇ ਅਤੇ ਉਹਨਾਂ ਨੇ ਹੁਣ 24 ਤਰੀਕ ਨੂੰ ਫਿਰ ਸੱਦਿਆ ਜੀ ਸਾਨੂੰ ਟੈਸਟ ਆਉਣੇ ਨੇ ਤਾਂ ਫਿਰ ਪਤਾ ਲੱਗਣਾ ਕੀ ਨੁਕਸ ਪਿਆ ਕੀ ਨਹੀਂ ਅਤੇ ਤੁਰਦਾ ਬਿਲਕੁਲ ਨਹੀਂ ਹੈਗਾ ਫਿਰਦਾ ਹੀ ਆ ਕਿੰਨੀ ਏਜ ਬੱਚੇ ਦੀ ਇਹ 10 ਸਾਲ ਦੇ ਅਤੇ ਕਿਸੇ ਰਿਸ਼ਤੇਦਾਰ ਨੇ ਜਾਂ ਕਿਸੇ ਮਹੱਲਾ ਵਾਸੀ ਨੇ ਕੋਈ ਮਦਦ ਕੀਤੀ ਹੋਵੇ ਦੇਖੋ ਜੀ ਮਹੱਲੇਦਾਰ ਨੇ ਤਾਂ ਮਾੜਾ ਮੋਟਾ ਕੋਈ ਤਾਏ ਚਾਚੇ ਜਿਹੜੇ ਮਾੜੇ ਮੋਟੇ ਕੀਤੀ ਇਹਨਾਂ ਨੇ ਬਾਕੀ ਰਿਸ਼ਤੇਦਾਰਾਂ ਨੇ ਵੀ ਮਾੜੀ ਮੋਟੀ ਕੀਤੀ ਹੋਈ ਹੈ ਕੋਈ 10 ਦੇ ਜਾਂਦਾ ਪਤਾ ਨਹੀਂ ਦੇ ਦਿੰਦਾ ਬਾਕੀ ਅਸੀਂ ਦਿਹਾੜੀ ਟੱਪੇ ਵਾਲੇ ਬੰਦੇ ਹਾਂ ਜੀ ਜਿੰਨੇ ਅਸੀਂ ਦਿਹਾੜੀ ਲਿਆਉਂਦੇ ਉਹਨੇ ਘਰ ਖੱਟੇ ਜਾਂਦੇ ਸਾਨੂੰ ਜਿਹੜੀ ਭਾਅ ਜੀ ਸਾਡੇ ਚੈਨਲ ਦੇ ਮਾਧਿਅਮ ਲਈ ਇੰਨੀ ਮਤਲਬ NRI ਸੰਸਥਾ ਜਾਂ ਮਤਲਬ ਕੋਈ ਸੰਸਥਾ ਬਣੀ ਉਹਨਾਂ ਤੋਂ ਕੀ ਮਦਦ ਦੀ ਘਰ ਲਾਉਂਦੇ ਹੋ ਮਦਦ ਇਹ ਹੀ ਹੈ ਜੀ ਬੱਚਾ ਮੇਰਾ ਠੀਕ ਹੋਣਾ ਚਾਹੀਦਾ ਜੀ ਇਹਨਾਂ ਨੇ ਤਾਂ ਜਵਾਬ ਦੇ ਦਿੱਤਾ ਹੈ ਕਿ ਨਹੀਂ ਠੀਕ ਹੋਣਾ ਇੱਥੇ PGI ਠੀਕ ਹੋਣਾ ਉਹਨਾਂ ਨੇ ਕਿਹਾ PGI ਵਾਲੇ ਡਾਕਟਰਾਂ ਨੇ ਵੀ ਕੋਈ ਨਾ ਬੱਚਾ ਠੀਕ ਹੋ ਜਾਵੇ ਉਹਨਾਂ ਨੇ ਇਹਨੂੰ ਬੂਟ ਬਣਾ ਕੇ ਦਿੱਤੇ ਨੇ ਬੂਟ ਬਣਨੇ ਰਹੇ ਇਹਦੇ ਬੰਦਰਸ ਦੇਖੋ ਜੀ 15,000 ਦੇ ਬੂਟ ਉਹਨਾਂ ਨੂੰ ਦੱਸੇ ਆ ਅਤੇ ਇੱਕ ਟੈਸਟ ਦੱਸਿਆ ਵਾ 15-16,000 ਦਾ ਅਤੇ ਅਸੀਂ ਇੰਨੀ ਸਾਡੇ ਕੋਲ ਗੁਜ਼ਾਇਸ਼ ਨਹੀਂ ਹੈਗੀ ਜਿਹੜਾ ਅਸੀਂ ਚੱਲੀਏ ਉੱਥੇ 5 ਤਰੀਕ ਨੂੰ ਜਾ ਕੇ ਅਤੇ ਕਰਵਾ ਦਈਏ ਹੁਣ ਸਾਡੇ ਹੁਣ ਤਾਂ ਹੱਥ ਖੜੇ ਨੇ ਜਿੰਨੇ ਰਿਸ਼ਤੇਦਾਰਾਂ ਨੂੰ ਖੜੇ ਉਹਨਾਂ ਨੂੰ ਦੇਣੇ ਵੀ ਹੈਗੇ ਨੇ ਕਰਜ਼ੇ ਥੱਲੇ ਅੱਗੇ ਡੁੱਬੇ ਹੋਏ ਆ ਦੇਖੋ ਜੀ ਮੈਂ ਤਾਂ ਇਹ ਚਾਹੁੰਦਾ ਵੀ ਜਿਹੜਾ ਵੀ ਬੱਚਾ ਮੇਰਾ ਠੀਕ ਹੋ ਜਾਵੇ ਆਪਣੇ ਪੈਰਾਂ 'ਤੇ ਖੜਾ ਹੋ ਜਾਵੇ ਅਤੇ ਜਾਏ ਸਕੂਲ ਪ੍ਰਾਈਮ ਮੁੰਡੇ ਲਈ ਕਲਾਨੌਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ।